ਸਰਕਾਰਾਂ ਜਿੱਥੇ ਇੱਕ ਪਾਸੇ ਰੋਟੀ ਕੱਪੜਾ ਅਤੇ ਮਕਾਨ ਵਰਗੀ ਮੁੱਢਲੀ ਸਹੂਲਤ ਦੇਣ ਦੇ ਦਾਅਵੇ ਕਰ ਰਹੀਆਂ ਹਨ, ਉੱਥੇ ਹੀ ਸਮਾਜ ਅੰਦਰ ਤਸਵੀਰਾਂ ਇਸ ਦੀ ਪੋਲ ਖੋਲਦੀਆਂ ਹਨ, ਜਿੱਥੇ ਸਮਾਜ ਸੇਵੀ ਸੰਸਥਾਵਾਂ ਕਾਰਨ ਹੀ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ। ਸਰਕਾਰ ਤੋਂ ਕਿਸੇ ਨੂੰ ਕੋਈ ਆਸ ਨਹੀਂ ਰਹੀ, ਅਜਿਹਾ ਹੀ ਮਾਮਲਾ ਖੰਨਾ ਦੇ ਪਿੰਡ ਭੱਟੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗਰੀਬ ਪਰਿਵਾਰ ਦੇ ਸਿਰ ਉੱਪਰ ਛੱਤ ਮੁਹੱਈਆ ਕਰਵਾਉਣ ਲਈ ਮੋਹਾਲੀ ਦੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ ਮਦਦ ਕਰਨ ਲਈ। ਇਹ ਚੱਕ ਜੀ ਆਵਾਸ ਮਿਲਿਆ ਸਾਡੇ ਗਰੀਬਾਂ ਦੀ ਸੇਵਾ ਵਾਸਤੇ ਦਿੱਤਾ ਜੀ। ਪਹਿਲਾਂ ਲੱਖ ਦੇ ਗਏ ਸੀ ਜੀ, 75,000 ਦਾ ਹੁਣ ਦਿੱਤਾ ਜੀ। ਬਹੁਤ ਇਹਨਾਂ ਦਾ ਧੰਨਵਾਦ। ਗਾਹਾਂ ਨੂੰ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਹਾਂ। ਬਹੁਤ ਧੰਨਵਾਦ ਜੀ। ਹਾਂ ਜੀ, ਇਹ ਮੋਹਾਲੀ ਵਾਲੇ ਚੰਡੀਗੜ੍ਹ ਵਾਲਿਆਂ ਨੇ ਦਿੱਤਾ ਜੀ। ਨਾ ਪਤਾ ਉਹਨਾਂ ਦਾ ਕੌਣ ਹੈ, ਕਿਹੜੀ ਸੰਸਥਾ? ਸੰਸਥਾ ਤਾਂ ਜੀ ਆ ਹੁਣ ਤੁਹਾਨੂੰ ਪਤਾ, ਮੈਨੂੰ ਅਨਪੜ੍ਹ ਬੰਦਿਆਂ ਨੂੰ ਕੋਈ ਸਮਝ ਘੱਟ ਲੱਗਦੀ। ਹਾਂ ਹਾਂ, ਇਹ ਹਾਜ਼ਰ ਖੜੇ ਨੇ ਜੀ, ਕੋਈ ਉਹ ਤਾਂ ਗੱਲ ਹੈ ਜੀ। ਇਹ ਘਰ ਦੇ ਮਕਾਨ ਵਾਸਤੇ ਹੀ ਹੈ? ਹਾਂ ਜੀ ਹਾਂ ਜੀ, ਘਰ ਦੇ ਮਕਾਨ ਵਾਸਤੇ। ਚਲੋ ਜੀ, ਉਹ ਤਾਂ ਦੇਖੋ ਐਂ ਤਾਂ ਨਹੀਂ ਹੁਣ ਜੱਗ ਤਾਂ ਜਿੱਤ ਨਹੀਂ ਹੁੰਦਾ, ਪਰ ਜਿਹੜਾ ਸੇਵਾ ਕਰ ਦੇਵੇ ਉਹਦੇ ਵਰਗੇ ਤਾਂ ਰੀਸ ਹੈ ਜੀ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ ਜੀ? ਮੇਰੀ ਧੀ ਹੈ, ਮੈਂ ਅਸੀਂ ਤਾਂ ਇੱਥੇ ਦੋ ਰਹਿੰਦੇ ਹਾਂ ਜੀ। ਹਾਂ ਜੀ, ਕੋਈ ਹੋਰ ਸਾਨੂੰ ਸਹਾਰਾ ਹੈ ਨਹੀਂ। ਜਿਹੜੇ ਮੁੰਡੇ ਨੇ ਉਹ ਵੀ ਡੁੱਡੇ ਲੰਘ ਰਹੇ ਨੇ, ਅੱਜ ਕੱਲ੍ਹ ਅਸੀਂ ਤੁਰਦੇ ਹਾਂ, ਦੋਹਾਂ 'ਚ ਲੱਤਾਂ ਨਹੀਂ ਕੰਮ ਕਰਦੀਆਂ। ਇੱਕ ਦਾ ਆਹ ਹੁਣ ਸਾਲ ਹੋ ਗਿਆ ਘਰ ਬੈਠੇ ਨੂੰ, ਅਜੇ ਵੀ ਅੰਬ ਦੀ ਗੁਟਲੀ ਪੈਂਦੀ ਹੈ ਇੱਥੇ। ਆ 5 ਦਿਨ ਹੋ ਗਏ ਤਾਂ ਲੱਤ ਵਧਾਉਣੀ ਸ਼ੁਰੂ ਕਰੀ ਸੀ, ਬਸ ਜਮਾਂ ਖਾਕੀ ਲੰਘ ਹੋਏ ਖੜੇ ਆ ਸਾਡੇ ਕੋਲ ਕੁਛ ਨਹੀਂ। ਕਮਾਈ ਦਾ ਸਹਾਰਾ ਕੋਈ ਹੈ ਨਹੀਂ? ਕੋਈ ਸਹਾਰਾ, ਸਾਡਾ ਕੋਈ ਸਹਾਰਾ ਨਹੀਂ ਹੈ। ਪਤਾ ਕਿਤੇ ਮਿਹਨਤ ਮਜ਼ੂਰੀ ਚਲੇ ਵੜ ਕੇ ਕਰਦੇ ਹਾਂ, ਰੋਟੀ ਖਾ ਲੈਂਦੇ। ਪੈਨਸ਼ਨ ਲੱਗੀ ਹੋਈ ਜੀ, ਉਹਦੇ ਹੀ ਕਰਕੇ ਆ ਫਿਰ ਦੋਹਾਂ ਦੀ, ਕੁਛ ਹੋਰ ਰਲਦੀ ਹੈ, 500-700 ਦਾ ਹੋਰ ਕਰ ਲੈਂਦੇ ਹਾਂ, ਕੋਈ 3,000 ਰੁਪਈਆ ਬਣ ਜਾਂਦਾ ਉਹਦੇ ਨਾਲ ਸਾਡਾ। ਮਹਾਰਾਜ ਪਿੰਡ ਵਾਲਾ ਲੰਬੜਦਾਰ ਵੀ ਨਹੀਂ ਆ ਕੇ ਮਿਲਿਆ, ਹੋਰ ਤੈਨੂੰ ਵੱਧ ਕੀ ਦੱਸੀਏ, ਕੋਈ ਐਮਸੀ ਨਹੀਂ ਮਿਲਿਆ, ਕੋਈ ਸਾਨੂੰ ਕੋਈ ਵੀ ਬੰਦਾ ਨਹੀਂ ਮਿਲਿਆ। ਉਹ ਮਹਾਰਾਜ ਜਿਤਾਨੇ ਤਾਂ ਹੈਗੇ ਨੇ, ਹੁਣ ਜੇ ਇੱਕ ਬੰਦਾ ਕੋਈ ਪੈਸੇ ਲੈ ਕੇ ਮੁੱਕਰ ਜਾਵੇ, ਆ ਮਰ ਜਾਵੇ, ਉਹਦਾ ਕੋਈ ਹੀਲਾ ਮਾਹੌਲ ਨਹੀਂ ਸਰ। ਜਿਹੜਾ ਬੰਦਾ ਆਪ ਨਹੀਂ ਖੜੇ ਬੈਠ, ਹਰ ਗਰੀਬ ਦਾ ਮਕਾਨ ਬਣਾ ਕੇ ਦਿੱਤਾ ਜਾਊਗਾ, ਮਕਾਨ ਢਿੱਡਦਾ ਤਾਂ ਮਕਾਨ ਦਿੱਤਾ ਜਾਊਗਾ। ਉਹ ਤਾਂ ਜੀ ਜਿਵੇਂ ਝੂਠੀਆਂ ਦੀਆਂ ਗੱਲਾਂ ਨੇ, ਜਿੰਨੀ ਮਰਜ਼ੀ ਕੋਈ ਕਰੀ ਜਾਵੇ, ਬਿਲਕੁਲ ਝੂਠ ਆ ਜੀ। ਭਲੇ ਲੋਕ ਤਾਂ ਇਹ ਨੇ ਜਿਹੜੀ ਐਡੀ ਦੂਰ ਆ ਕੇ ਸੇਵਾ ਸਾਡੀ ਕਰ ਰਹੇ, ਅਸੀਂ MLA ਤੇ ਕੀ ਲੈਣਾ, ਜਾਂ ਅਸੀਂ ਪਿੰਡ ਵਾਲਿਆਂ ਨੇ ਕੀ ਲੈਣਾ? ਕੋਈ ਇੱਥੇ ਆ ਕੇ ਨਹੀਂ ਕੋਈ ਖੜਿਆ, ਕੋਈ 2 ਪੈਸੇ ਦੀ ਅਮਦਾਦ ਨਹੀਂ ਸਾਨੂੰ ਕਰੀ ਕਰਿਆ। ਆਹ ਸਮਾਂ ਉਲਟਾ ਕੰਮ ਕਰਦੇ ਨੇ ਪਿੰਡ ਵਾਲੇ, ਸਾਰਾ ਤਾਂ ਪਿੰਡ ਹੈ ਨਹੀਂ ਸਾਡੇ ਕੰਨੀ, ਉਹ 4 ਉਹਦੇ ਕੰਨੀ ਵੀ ਹੋਣਗੇ ਹੀ। ਆ ਜਿਹੜੇ ਧਮਾਤੜ ਖੜੇ ਨੇ ਇਹ ਸਾਡੇ ਕੰਨੀ ਦੇ ਨੇ, ਉਹਨਾਂ ਕੰਨੀ ਦੇ ਵੀ ਬੰਦੇ ਨੇ ਕੋਲ ਖੜੇ ਹੀ, ਗੱਲ ਸੁਣ ਜਾਂਦੇ ਨੇ, ਗੱਲ ਨਵਾਂ ਕੰਮ ਕਰਦੇ ਨੇ। ਰੋਜ਼ ਖੰਨੇ 'ਤੇ ਜਿੱਦਣ ਸਤਾਰਾ ਆ ਕੇ ਗਿਆ, ਆ ਹੁਣ ਪੱਕੀ ਡਿਊਟੀ ਆ ਜੀ, ਹੁਣ ਵੀ ਉੱਥੇ 'ਤੇ ਆਇਆ, ਕਹਿੰਦੇ ਛਿਟੇ ਮਿਲਣਾ ਚਾਹੀਦਾ, ਛਿਟੇ ਕਾਹਦਾ ਮਿਲਣਾ ਚਾਹੀਦਾ। 97 ਦਾ ਮਕਾਨ ਲਿਆ ਹੋਇਆ, ਪੈਸਿਆਂ ਦਾ ਲਿਆ, 3 ਥਾਂ ਕੇਸ ਕਰਿਆ, ਉਹ ਵੀ ਮੇਰਾ ਜਿੱਤਿਆ ਹੋਇਆ। ਉਹ ਚੰਡੀਗੜ੍ਹ ਲੋਕ ਅਦਾਲਤ 'ਚ ਲਾਇਆ, ਉਹ ਵੀ ਕਹਿੰਦਾ ਬਾਪੂ ਤੇਰਾ ਹੈ, ਕਿਤੇ ਖੜਦਾ ਹੀ ਨਹੀਂ, ਬੇਸ਼ਰਮ ਬੰਦਾ ਹੈ, ਕੋਈ ਕਿਸੇ ਦੀ ਤੀਵੀਆਂ ਦੀ ਕਿਸੇ ਦੀ ਕੋਈ ਗੱਲ ਨਹੀਂ ਕਰਦਾ, ਚਾਹੇ 10 ਖੜੀਆਂ ਹੁਣ ਪੁਲਿਸ ਦੇ ਵਿੱਚ ਵੀ 76 ਮਾਰਦੇ ਨੇ, ਵੀ ਤੇਰੇ ਰੱਖਣਾ ਮਾਰਾਂਗੇ, ਕੀ ਕਹਿਣਾ? ਮੇਰੇ ਤਾਂ ਚਿੱਕੜ ਸਿੜੀ ਜਾਣਾ, ਮੇਰੀ ਨੂੰਹ ਜੀ, ਮੇਰਾ ਫਲਾਣਾ ਜੀ, ਮੇਰੀ ਕੁੜੀ ਜੀ, ਉਹ ਕਹਿੰਦੇ ਰਖੜੇ ਮਾਰਾਂਗੇ ਸਾਲਿਆ। ਬਾਪੂ ਤਾਂ ਫੜ ਫੜ ਕੇ ਕਹਿੰਦਾ ਮਸੀਂ ਮੇਰੀ ਕੁਰਸੀ ਥਾਈ ਆਇਆ। ਬੇਸ਼ਰਮ ਬੰਦਾ ਜੀ, ਹਰ ਪਾਸੇ ਦਾ ਬੇਸ਼ਰਮ ਬੰਦਾ, ਕੋਈ ਕੁੜੀਆਂ ਤੀਵੀਆਂ ਨੂੰ ਭੇਜਦਾ ਇੱਥੇ, ਕਿਸੇ ਕੋਈ ਕੁਛ ਕਹਿੰਦਾ, ਕੋਈ ਕੁਛ ਨਵੀਆਂ ਸਕੀਮਾਂ ਦੱਸਦੇ ਨੇ, ਉਹ ਫਿਰ ਕਰ ਲੈਂਦਾ, ਪੈਸੇ ਬਥੇਰੇ ਨੇ। ਮੰਗ ਬਸ ਆਹੀ ਹੈ ਜੀ, ਸਾਡਾ ਟਾਈਮ ਇਹਨਾਂ ਨੇ ਸਾਡੀ ਸੇਵਾ ਕਰੀ ਹੈ, ਅਸੀਂ ਮਕਾਨ 'ਚ ਬੈਠੇ ਇਹਨਾਂ ਦੇ ਆਸਰ, ਹੋਰ ਤਾਂ ਸਾਨੂੰ ਕੋਈ ਆਸਰ ਹੈ ਨਹੀਂ। ਜੋ ਕੀਤਾ ਚੰਡੀਗੜ੍ਹ ਵਾਲਿਆਂ ਨੇ ਕੀਤਾ, ਸਾਡਾ ਇੱਥੇ ਪਿੰਡ ਵਾਲਿਆਂ ਨੇ ਜਾਂ ਕੋਈ ਪਿੰਡ ਦਿਆਂ ਨੇ ਆ, ਕਿਸੇ MLA ਨੇ ਤਾਂ ਸਾਡਾ ਨਹੀਂ ਕੀਤਾ ਹੈ। ਹਾਂਜੀ, ਧੰਨਵਾਦ ਇਹਨਾਂ ਦਾ, ਸਾਰਾ ਕੁਛ ਜਿਹੜਾ ਸਾਨੂੰ ਬਾਹਰ ਬੈਠੇ ਨੇ ਅੰਦਰ ਵੜ ਕੇ। ਪ੍ਰਕਾਸ਼ ਕੌਰ ਹੈ ਜੀ, ਪ੍ਰਕਾਸ਼ ਕੌਰ ਹੈ ਜੀ।
असीं इन्हां दे धन्नवाद करदे हां जी, वधिया इन्हां ने साडा कीता सहारा, मकान पाया। होर कोई इत्थे नेड़े नहीं आके खड़े, ना कोई सरकार दा ना कोई होर, ये साडे गवांढी है जी, पिछे उन्हें ढाया। पहला पानी छड़दा रहा 10-15 दिन, फिर इन्होंने आह मकान ढाया इन्होंने बाहरों बंदे मंगा के। कारण जी इन्हों का कोई साढ़े नाल कोई रौला नहीं, कोई रट्टा नहीं, सानू इन्हां ने धक्के नाल इन्हां ने मकान ढाया है। हाँ, वो भी चलता है। मकान जी असीं हुण आपदा पा रहे हैं, ये हुण जान बुझ के अपने कोई ना कोई काम रोज तोरी रखदा। कैमरा लाया रात नूं खड़दे ने इत्थे, टारजां वी मारदे ने, बाहरों बंदे भी आउंदे ने, आह ज्ञानी आह बड़े बड़े गतरें गुतरें जे वाले। हाँ, उन्होंने असीं दस्सिया ते पुलिस वाले आए थे पहले, तो जाते बाद नहीं फिर कोई आया। हूँ रात खड़ा थी, एक पता नहीं तो इन्हों कोई रिश्तेदार है खनी कोई, किमें किमें नहीं, आप भी जानी रात को खड़ते ने यह 10-10, 11-11 बजे, फिर आप भी टारजा टूरजा जहाँ मारी जाते ने, वीडियो बना लेंगे ने, तो जी कोई मेरे को जनानी खड़ी होंगी है वह भी नाम लिखा देंगे ने जे लिखा हों, तो कन्ने का सानी रखते ने भी कौन ये कोल खड़ती है कौन बहुत है। असीं तो यही कहना चाहते जी, धन्नवाद इन्हां दे जिन्हें मकान पा के दिता राम सराम वास्ते। हुण किदण दे साडे भांडे रुलदे ने, इत्थे महीना हो गया, हुण मीह चौंदे दे विच रोटी पकाउने आ, मीह कणी बीमा आउंदा, सारा कुछ आउंदा। हाँ जी, इत्थे ही हूँ चाके परे करिया, नेरी नूरी जहाँ ती रेता रूता जहा नहीं, फिर इतने इटा का चुल्हा बनाया हुआ थी। ना जी, सानू किसी ने पूछी, आए प्यो पुत बेचारे दो चार होर ने, ये साढ़े बराबर खड़ते रहे ने, लेंटर पे उधर रात को 12-1-2 बजे गए ने, भाई कोई बोले चले ना। असीं पहला भी 1,00,000 रुपए का चैक इशू करके गए सी, अज 75,000 का एक होर चैक इशू करके जा रहे हैं। इन्हां दे घर दी उसारी लई है, जो थोड़े न्यूज़ चैनल ने न्यूज़ कवर की सी, उह देख के सानूं बहुत दुख होया सीगा, ते असीं सारे वीर भैणां ने इकट्ठे होकर सोचा कि ये घर दी उसारी दे विच सहयोग पाया जाए। असी करीबन 75-80 लोग आपस से जुड़े हुए हैं, 15 साल तो लैके 90 साल तक असी अपना दसवंध इकट्ठा करते हैं और अलग अलग सेवावां दे विच सहयोग करते हैं। इस तो अलावा साढ़े स्पाइनल कॉर्ड पेशेंट के 2 जो केयरिंग सेंटर चलते हैं PGI तो 6 किलोमीटर जिला मोहाली दे विच, उत्थे टोटल फ्री ऑफ कॉस्ट सेवा चलती है, जिन्हां दे डूंगे डूंगे बैड सोर होए हुंदे, जिन्हों पिंडां दे विच आपां जाणदे हां कि रीढ़ की हड्डी टुट गई है, तो वह मरीज साढ़े को आके अपनी इलाज के सहयोग करवाते हैं, तो वह ठीक होकर जाते हैं। जी बिल्कुल, असी राशन सेवावां भी चलदियां ने, असी रोज़गार जनरेट करन दे विच भी हेल्प करते हैं, जे अगे भी इस परिवार को कोई लोड़ पेगी जरूर सानू खुशी होएगी सहयोग करके। ये सब इमेंटी सब गॉड है जो मोहाली में है जी, ये बापू जी है, काफी एज्ड है और इनके घर की कंस्ट्रक्शन के लिए आए हैं जी। 75,000 जी, 1,00,000 का चेक पहले भी दिया था। कंस्ट्रक्शन में हेल्प करती है, स्कूल फीस होगी बच्चों की और बेड सोर के ट्रीटमेंट में, जो स्पाइनल कॉर्ड इंजर पेशेंट है उनके ट्रीटमेंट में हेल्प करती है। आपको इसकी जानकारी कैसे मिलती है? किसी की हेल्प करनी हो तो इसकी जानकारी आपको कैसे मिलती है? अन्ना में आ जाए हो,
उनकी भी जानकारी आपको कैसे मिली? सोशल मीडिया के थ्रू या फिर पीपल कॉन्टैक्ट करते हैं सोशल मीडिया पे जो नंबर है सर्वमेंटी के उसके थ्रू। ये अपना खन्ने के लागे पिंड भट्टियाँ पैंदा जी अपना, तो ये वीर जी नहीं आए थे, इन्हों की एक ट्रस्ट आ सर्व ह्यूमनिटी सर्व गॉड चैरिटेबल ट्रस्ट, तो मोहाली तो ने ये बापू जी उन्हों का मकान पिछले जोड़े गुआढ़ी रेंदे ने उन्होंने ढाता सगा, जिस कारण इन्हों को एक रहने लिए भी जगह नहीं सी बची, तो इन्होंने इन्हों की आके हैल्प की, 1 लाख का पहला चैक दिता, तो लेंटर इन्हों का पै चुके हूँ गेड़ी मकान की तैयारी आ अज वो भी 75,000 रुपये का ये चैक दे के चले ने। अज तो 20 दिन पहला दिता गया जी। हाँ जी 75,000 का अज दे के चले जी। नहीं परिवार के बच्चे इन्हों बापू जी तो इन्हों एक गुड़िया उरे रेंदे ने जेडे कि आप भी हजे ज़्यादा वधिया तरीके चल फिर भी नहीं सकते, बापू जी की उम्र 101 साल है जी। अजकल तो हुण चलो जिहड़े साडे वर्गे विच कई नौजवान भी इहो जिहे ने जिन्हों तो कम नहीं कर हुंदा, पर अज के टाइम के जिन्ना कि इन्हों तो हुंदा दिहाड़ी जो तो उन्ना करके आप खाने वाले ने, कोई इन्हों अगे पिछे हैल्प करने वाला नहीं है। हाँ जी किसी जी एम एल ए ने या किसी होर लीडर ने जोड़े वोटों के टाइम के आके दर दर आके यह जे बजुर्गों के मूहरे हाथ बांधे उन्होंने किसी ने भी इन्हों की आके सार नहीं ली। पिंड वाले का तो जी कोई ज़्यादा नहीं है संयोग, बस थोड़ा बहुत जिमें मकान का काम चलते उसारी चलती सी, चलो कई जने ने आके इन्हों की हैल्प कराई।